ਜਿਹੜਾ ਕਿ ਸਾਡੇ ਪੰਜਾਬ ਦਾ ਇਤਿਹਾਸ ਹੈ ਔਰ 19 ਜੋੜੇ ਜਿਹੜੇ ਬੇਲ ਆਦੇ ਹੈ 162 ਪਰਿਵਾਰਾਂ 162 ਘਰਾਂ ਚ 19 ਪਰਿਵਾਰ ਸੀ ਜਿਹੜੇ ਬੇਲ ਆਦੇ ਸੀ ਤੇਜੀ ਰਹੇਲੇ ਪਿੰਡ ਦੇ ਵਿੱਚ ਔਰ 62 ਬੱਚੇ ਉੱਥੇ ਮੈਂਟਲ ਸੀ ਉੱਥੇ। ਇਹ ਹਾਰਾ ਜਿਹੜੇ ਹੈ ਉਹ ਪਾਣੀਆਂ ਨੇ ਅੱਜ ਨਹੀਂ ਕੀਤੇ ਕਿ ਅੱਜ ਸੀਰਾ ਮਿਲਾ ਤਾ ਤਾਂ ਹੋ ਗਿਆ ਔਰ ਨਾ ਹੀ ਇਹਨਾਂ ਦੀ ਮਜਬੂਰੀ ਹੈ। ਅਸੀਂ ਗੱਲ ਕਰਦੇ ਹਾਂ ਟੈਕਸਟਾਈਲ ਇੰਡਸਟਰੀ ਦੀ, ਜਿਹੜੀ ਪੂਰੀ ਦੁਨੀਆ ਨੇ ਯੂਰਪ ਨੇ ਟੈਕਸਟਾਈਲ ਇੰਡਸਟਰੀ ਨੂੰ ਚੱਕ ਕੇ ਬਾਹਰ ਮਾਰਿਆ। ਜਿਹੜੀ ਇਲੈਕਟ੍ਰੋਪਲੇਟਿੰਗ ਇੰਡਸਟਰੀ ਸੀਗੀ ਉਹਨੂੰ ਸਾਂਭੇ ਹੀ ਨਹੀਂ ਜਾ ਸਕਦਾ, ਕਿਉਂਕਿ ਜਿਹੜੀ ਤੁਸੀਂ ਸਿਰਫ ਦੋ ਮੀਟਰ ਦੀ ਜਿਹੜੀਆਂ ਸ਼ਰਟਾਂ ਪਹਿਨੀਆਂ ਹੈ ਇਹਨਾਂ ਦੀ ਜਿਹੜੀ ਪਾਣੀ ਲੱਗਦਾ ਹੈ ਟੈਕਸਟਾਈਲ ਜੋ ਤਿਆਰ ਹੁੰਦੀ ਹੈ 2750 ਲੀਟਰ ਇਕੱਲਾ ਦੋ ਮੀਟਰ ਦੀ ਸ਼ਰਟ ਤੇ ਲੱਗਦਾ ਹੈ। ਇੱਕ ਤੁਸੀਂ ਜਿਹੜਾ ਲੈਦਰ ਦਾ ਸ਼ੂ ਪਾ ਕੇ ਚੱਲਦੇ ਹੋ 13700 ਲੀਟਰ ਪਾਣੀ ਉਹਦੇ ਖਪਤ ਹੁੰਦਾ ਹੈ। ਜਿਹੜੀ ਇੱਕ ਜੀਨ ਦੀ ਬੋਤਲ ਜੀਨ ਦੀ ਪੈਂਟ ਪਾਉਂਦੇ ਹੋ 6710 ਲੀਟਰ ਜਿਹੜਾ ਪਾਣੀ ਹੈ ਉਹਦਾ ਉੱਥੇ ਯੂਜ ਹੁੰਦਾ ਉਹਦੇ ਚ। ਔਰ ਜਦੋਂ ਯੂਰਪ ਨੇ ਦੇਖ ਲਿਆ ਕਿ ਇਸ ਪਾਣੀ ਨੂੰ ਹੁਣ ਸਾਂਭਿਆ ਨਹੀਂ ਜਾ ਸਕਦਾ, ਇਹਦਾ ਕੋਈ ਟ੍ਰੀਟਮੈਂਟ ਨਹੀਂ ਹੋ ਸਕਦਾ, ਤਾਂ ਉਹਨਾਂ ਨੇ ਇੱਕੋ ਇੱਕ ਹੱਲ ਕੀਤਾ ਕਿ ਇਹਨਾਂ ਨੂੰ ਚੱਕ ਕੇ ਡਿਵੈਲਪਿੰਗ ਕੰਟਰੀ ਸੁੱਟੋ। ਇਕੱਲੇ ਲੁਧਿਆਣੇ ਦੇ ਵਿੱਚ ਟੈਕਸਟਾਈਲ ਇੰਡਸਟਰੀ ਦੇ 9200 ਯੂਨਿਟ ਹੈ ਔਰ 7200 ਯੂਨਿਟ ਜਿਹੜੇ ਇਲੈਕਟ੍ਰੋਪਲੈਟਿੰਗ ਦੇ ਹੈ। ਜਦੋਂ ਸਾਰੇ ਕਿਸਾਨਾਂ ਨੇ ਸਾਰੇ ਪੰਜਾਬ ਦੇ ਲੋਕਾਂ ਨੇ ਰੌਲਾ ਪਾਇਆ ਕਿ ਜਿਹੜਾ ਓਸਵਾਲ ਹੈ ਇਹ ਨਾਲੇ ਦਾ ਕੈਂਸਰ ਫੈਲਾ ਰਿਹਾ ਨਾਲੇ ਹਸਪਤਾਲ ਬਣਾ ਰਿਹਾ, ਉਹਨੇ ਕੀ ਕੀਤਾ ਕਿ ਉਹਨੇ ਉਸੇ ਦਿਨ ਅਨਾਊਂਸ ਕੀਤਾ ਕਿ ਅਸੀਂ ਡਾਇੰਗ ਦਾ ਕੰਮ ਹੀ ਬੰਦ ਕਰਤਾ। ਉਹ ਕੰਮ ਬੰਦ ਨਹੀਂ ਕੀਤਾ, ਉਹਨੇ ਜਿਹੜੇ 9200 ਯੂਨਿਟ ਛੋਟੇ ਛੋਟੇ ਯੂਨਿਟ ਚੱਲਦੇ ਸੀ ਆਪਣਾ ਕੰਮ ਉਹਨਾਂ ਨੂੰ ਫੜਾਤਾ। ਉਹ ਜਿਹੜੀ ਇੰਡਸਟਰੀ ਹੈ ਉਸ ਨੂੰ ਕਿਸੇ ਵੀ ਹਾਲਾਤ ਵਿੱਚ ਉਸ ਪਾਣੀ ਨੂੰ ਟ੍ਰੀਟ ਨਹੀਂ ਕੀਤਾ ਜਾ ਸਕਦਾ। ਜਿਹੜੇ ਲੋਕ ਇਹ ਵੀ ਮੰਗ ਕਰਦੇ ਆ ਕਿ ਇਹ ਪਾਣੀ ਦਾ ਸਿਰਫ ਅਸੀਂ ਉੱਥੇ ਵਾਟਰ ਟ੍ਰੀਟਮੈਂਟ ਪਲਾਂਟ ਲਗਾ ਕੇ ਉਹਦਾ ਹੱਲ ਕਰ ਦੋ, ਇਹ ਵੀ ਕਦੇ ਨਹੀਂ ਹੋ ਸਕਣਾ, ਕਿਉਂਕਿ ਉਸ ਪਾਣੀ ਨੂੰ ਜਿਹੜਾ ਇੰਨਾ ਪਾਣੀ 2 ਮੀਟਰ ਦੀ ਸ਼ਰਟ ਤੇ 2750 ਲੀਟਰ ਪਾਣੀ ਯੂਜ਼ ਹੁੰਦਾ ਹੋਵੇ ਔਰ ਪੂਰੀ ਦੁਨੀਆ ਨੂੰ ਅਸੀਂ ਕੱਪੜਾ ਪੂਰੀ ਦੁਨੀਆ ਦੇ ਧੰਨ ਢਕਣਾ ਹੋਵੇ ਤੇ ਉਸ ਪਾਣੀ ਨੂੰ ਕਿਵੇਂ ਸਾਂਭਿਆ ਜਾ ਸਕਦਾ ਹੈ। ਔਰ ਤੀਸਰੀ ਗੱਲ ਅਸੀਂ ਇਹ ਕਹਿੰਦੇ ਹਾਂ ਕਿ ਜੇ ਕਹਿੰਦੇ ਕਿ ਪਾਣੀ ਇਹ ਇੰਡਸਟਰੀ ਇੰਨਾ ਪਾਣੀ ਨਹੀਂ ਪੀਂਦੀ, ਫਿਰ ਚਲੋ ਅਜਮੇਰ ਚਲਾਓ ਇਸ ਨੂੰ। ਜੇ ਤੁਸੀਂ ਅਜਮੇਰ ਚਲਾਓਗੇ ਉੱਥੇ ਪਤਾ ਲੱਗ ਜਾਊਗਾ ਕਿ ਪਾਣੀ ਕਿੰਨੇ ਯੂਜ ਹੁੰਦੀ ਹੈ, ਕਿਉਂਕਿ ਇਹਦੀ ਮਜ਼ਬੂਰੀ ਹੈ ਇਲੈਕਟ੍ਰੋਪਲੇਟਿੰਗ ਜਿਹੜੀ ਲੈਦਰ ਤੇ ਜਿਹੜੀ ਟੈਕਸਟਾਈਲ ਜਿਹੜੀ ਕੱਪੜਾ ਰੰਗਣ ਦੀ ਜਿਹੜੀ ਇੰਡਸਟਰੀ ਹੈ ਉਹ ਸਿਰਫ ਸਮੁੰਦਰੀ ਕੰਢੇ ਦੇ ਯੂਜ ਜਾਂ ਜਿਹੜੇ ਦਰਿਆਈ ਕੰਢੇ ਦੇ ਯੂਜ ਹੁੰਦੀ ਹੈ, ਕਿਉਂਕਿ ਇੱਥੇ ਪਾਣੀ ਚੱਕਣਾ ਵੀ ਸੌਖਾ ਹੈ ਤੇ ਪਾਣੀ ਸਿੱਟਣਾ ਵੀ ਸੌਖਾ ਹੈ। ਜਿਹੜੇ ਕਿਸਾਨਾਂ ਨੂੰ ਤੁਸੀਂ ਮਿਲਦੇ ਹੋ ਕਿ ਇਹ ਪਾਣੀ ਹੇਠਲਾ ਪਾਣੀ ਖਾ ਗਏ, ਉਹ ਉਹਨਾਂ ਇੰਡਸਟਰੀ ਦਾ ਦੇਖੋ ਕਿ ਉਹ ਪਾਣੀ ਹੇਠਲਾ ਕਿੰਨਾ ਖਾ ਗਏ। ਜਿਹੜੀ ਤਾਜਪੁਰ ਰੋਡ ਹੈਗੀ ਹੈ ਉੱਥੇ ਨਲਕਿਆਂ ਦਾ ਪਾਣੀ ਚਿੱਟਾ ਨਹੀਂ ਆਉਂਦਾ, ਉੱਥੇ ਪਾਣੀ ਐਜਾ ਹੀ ਆਉਂਦਾ ਜਾਂ ਤੁਸੀਂ ਤਾਂ ਇੱਥੇ ਦੇਖ ਕੇ ਹਟੇ ਹੋ। ਸੋ ਮੇਰੀ ਸਾਡੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਪਾਣੀ ਦੇ ਮੁੱਦੇ ਤੇ ਇਕੱਠੇ ਹੋਏ ਹੋ। ਇਹ ਲੜਾਈ ਇਕੱਲੀ ਜਿਹੜੀ ਅਫਵਾਨਾਂ ਦੀ ਜਿਹੜੀ ਸ਼ੂਗਰ ਮਿਲ ਬੰਦ ਹੋਣ ਨਾਲ ਨਹੀਂ ਖਤਮ ਹੋਣੀ, ਸਾਡੀ ਲੜਾਈ ਜਿਹੜੀ ਟੈਕਸਟਾਈਲ ਇੰਡਸਟਰੀ ਜੋ ਤੱਕ ਪੰਜਾਬ ਚੋਂ ਬਾਹਰ ਨਹੀਂ ਜਾਂਦੀ ਸਾਡੀ ਲੜਾਈ ਉਦੋਂ ਤੱਕ ਜਾਰੀ ਰਹੂਗਾਬਾਦ। ਬਹੁਤ ਬਹੁਤ ਧੰਨਵਾਦ ਸਾਡੇ ਵੀਰ ਗੁਰਮੀਤ ਸਿੰਘ ਜੀ ਗੋਲਿਆਂ ਆਪਣੇ ਸਾਥੀਆਂ ਸਮੇਤ ਪਹੁੰਚਿਆ, ਬਹੁਤ ਬਹੁਤ ਧੰਨਵਾਦ ਮਾਸਟਰ ਬੂਟਾ ਸਿੰਘ ਜੀ, ਭਾਈ ਬਲਦੀਪ ਸਿੰਘ ਜੀ, ਸੁਖੀ ਜੀ, ਭਗਵਾਨਪ੍ਰੀਤ ਜੀ, ਵੱਖ ਵੱਖ ਜਥੇਬੰਦੀਆਂ ਤੋਂ ਆਗੂ ਲੈ ਕੇ ਸਾਡੇ MLA ਸਾਹਿਬ ਸਰਦਾਰ ਕੁਲਤਾਰ ਸਿੰਘ ਜੀ ਸੰਧਵਾਂ, ਤੇ ਮੈਂ ਬੇਨਤੀ ਕਰੂੰਗਾ ਸਾਡੇ ਵਿੱਚ ਵਿਸ਼ੇਸ਼ ਤੌਰ ਤੇ 0 ਤੋਂ
ਸਰਦਾਰ ਗੁਰਚਰਨ ਸਿੰਘ ਜੀ ਨੂਰਪੁਰ, ਉਹ 2 ਮਿੰਟ ਲਈ ਪਾਣੀਆਂ ਦੇ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨਗੇ। ਗੁਰਚਰਨ ਸਿੰਘ ਜੀ ਨੂਰਪੁਰ। ਪੰਜਾਬ ਦੇ ਬਹੁਤ ਹੀ ਸੂਝਵਾਨ ਅਤੇ ਇੱਕ ਵੱਡੇ ਫਿਕਰ ਲਈ ਇਕੱਠੇ ਹੋਏ ਮੇਰੇ ਵੀਰੋ, ਪੰਜਾਬੀ ਦਾ ਇੱਕ ਸ਼ਾਇਰ ਲਿਖਦਾ ਹੈ ਕਿ ਸੀਨੇ ਦੇ ਵਿੱਚ ਬਲਦੀ ਅਗਨੀ ਠੰਡੀ ਕਰ ਲਈ ਲੋਕਾਂ ਨੇ। ਅਸੀਂ ਲੋਕ, ਪੰਜਾਬ ਦੇ ਲੋਕ, ਜੋ ਅਣਖ ਤੇ ਗੈਰਤ ਨਾਲ ਜ਼ਿੰਦਗੀ ਜਿਉਣ ਵਜੋਂ ਜਾਣੇ ਜਾਂਦੇ ਲੋਕ ਆ, ਅੱਜ ਉਹਨਾਂ ਦੇ ਹਾਲਾਤ ਇਹ ਆ ਕਿ ਅਸੀਂ ਡੇਰਿਆਂ ਦੇ ਨਾਂ ਤੇ ਇਕੱਠੇ ਹੋ ਕੇ ਲੜ ਸਕਦੇ ਹਾਂ, ਅਸੀਂ ਧਰਮ ਦੇ ਨਾਂ ਤੇ ਇਕੱਠੇ ਹੋ ਕੇ ਲੜ ਸਕਦੇ ਹਾਂ, ਅਸੀਂ ਹੋਰ ਜਾਤਾਂ ਪਾਤਾਂ ਤੇ ਧਰਮਾਂ ਦੇ ਨਾਂ ਤੇ ਇਕੱਠੇ ਹੋ ਕੇ ਲੜ ਸਕਦੇ ਹਾਂ, ਪਰ ਜਿੱਥੇ ਜ਼ਿੰਦਗੀ ਜਿਉਣ ਦਾ ਮਸਲਾ ਆਉਂਦਾ ਹੈ ਉੱਥੇ ਅਸੀਂ ਇਕਜੁੱਟ ਨਹੀਂ ਹੋ ਸਕਦੇ। ਉੱਥੇ ਬਹੁਤ ਥੋੜ੍ਹੇ ਤੁਹਾਡੇ ਵਰਗੇ ਸੂਝਵਾਨ ਲੋਕ ਇਕੱਠੇ ਹੁੰਦੇ ਆ, ਉਹ ਸੰਵੇਦਨਸ਼ੀਲ ਮਸਲਿਆਂ ਤੇ ਜਿਹੜੇ ਥੋੜ੍ਹੀ ਬਹੁਤੀ ਸਮਝ ਰੱਖਦੇ ਆ, ਉਹ ਇਹਨਾਂ ਦੀ ਗੱਲ ਕਰਦੇ ਆ, ਇਕੱਠੇ ਹੁੰਦੇ ਆ ਤੇ ਸੋਚਦੇ ਆ ਕਿ ਜੋ ਸਾਡੇ ਨਾਲ ਅੱਜ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ। ਸੋ ਮੈਂ ਪਹਿਲਾਂ ਤਾਂ ਸਲਾਮ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਬੜੇ ਸੰਵੇਦਨਸ਼ੀਲ ਮਸਲੇ ਤੇ ਇਕੱਠੇ ਹੋਏ ਹੋ, ਜਿਹੜਾ ਮਸਲਾ ਸਾਡੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਸੋ ਵੀਰੋ, ਅੱਜ ਜੇ ਅਸੀਂ ਗੱਲ ਕਰੀਏ ਕਿ ਕਿਹੜੀ ਅਫਗਾਨਾ ਜਿਹੜੀ ਮਿੱਲ ਦੇ ਨਾਲ ਜਿਹੜਾ ਦਰਿਆ ਦੇ ਵਿੱਚ ਇੱਕ ਤਰ੍ਹਾਂ ਨਾਲ ਜ਼ਹਿਰ ਘੋਲ ਕੇ ਤੇ ਲੱਖਾਂ ਜੀਵਾਂ ਦਾ ਜਿਹੜਾ ਕਤਲੇਆਮ ਹੋਇਆ ਹੈ, ਉਹ ਇੱਕ ਕੀੜੀ ਅਫਗਾਨਾ ਮਿੱਲ ਦੀ ਗੱਲ ਨਹੀਂ, ਇਹ ਕਿਸੇ ਇੱਕ ਫੈਕਟਰੀ ਜਾਂ ਇੱਕ ਕਾਰਖਾਨੇ ਦੀ ਗੱਲ ਨਹੀਂ, ਕਿਸੇ ਇੱਕ ਦਰਿਆ ਦੀ ਗੱਲ ਨਹੀਂ, ਇਹ ਅਸਲ ਵਿੱਚ ਹਕੀਕਤ ਵਿੱਚ ਇਹ ਆ ਕਿ ਇਹ ਸਾਡੀ ਜ਼ਿੰਦਗੀ ਨਾਲ ਜੁੜਿਆ ਹੋਇਆ ਮਸਲਾ ਹੈ, ਸਾਡੀਆਂ ਆਉਣ ਵਾਲੀਆਂ ਨਸਲਾਂ ਤੇ ਸਾਡੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਮਸਲਾ ਹੈ। ਪਾਣੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਵ ਹੈ? ਅੱਜ ਤੋਂ 20 ਕੁ ਸਾਲ ਪਹਿਲਾਂ ਜਦੋਂ ਅਸੀਂ ਧਰਤੀ ਦੀ ਉੱਪਰਲੀ ਸਤਹ ਵਾਲਾ ਪਾਣੀ ਖਤਮ ਕੀਤਾ ਸੀ